ਚੜ੍ਹਨਾ ਵੀ ਔਖਾ ਹੈ, ਉਤਰਨਾ ਹੋਰ ਵੀ ਔਖਾ ਹੈ। ਹੁਣ ਜਿੱਥੇ ਅਸੀਂ ਕਾਫੀ ਨੀਚੇ ਉਤਰ ਚੁੱਕੇ ਹਾਂ ਕਿਉਂਕਿ ਅੱਧਾ ਸਾਡੀ ਕੈਂਪਿੰਗ ਨੇ ਕੱਲ੍ਹ ਸਾਨੂੰ ਨੀਚੇ ਉਤਾਰਤਾ ਸੀ, ਅਤੇ ਹੁਣ ਅਸੀਂ ਇਹਨਾਂ ਜੰਗਲਾਂ ਦੇ ਵਿੱਚੋਂ ਦੀ ਹੁੰਦੇ ਹੋਏ ਜਾ ਰਹੇ ਹਾਂ ਵਾਟਰਫਾਲ ਤੱਕ। ਰਸਤਾ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਤੁਹਾਨੂੰ ਤੁਹਾਡੇ ਪੈਰਾਂ 'ਤੇ ਧਿਆਨ ਦੇਣਾ ਪੈਂਦਾ। ਜੇ ਤੁਹਾਡੇ ਪੈਰ 'ਤੇ ਤੁਸੀਂ ਧਿਆਨ ਨਹੀਂ ਦਿੰਦੇ ਤਾਂ ਤੁਸੀਂ ਕਿਤੇ ਵੀ ਸਲਿਪ ਹੋ ਸਕਦੇ ਹੋ, ਤੁਹਾਨੂੰ ਸੱਟ ਵੱਜ ਸਕਦੀ ਹੈ। ਪਹੁੰਚ ਗਏ ਕਾਫੀ ਜਾਣੇ ਪਹਿਲਾਂ ਪਹੁੰਚ ਚੁੱਕੇ। ਮੇਹਰ ਹਜੇ ਬਹੁਤ ਪਿੱਛੇ ਹੈ, ਦੂਰ ਦੂਰ ਤੱਕ ਮੈਨੂੰ ਦਿਖਿਆ ਨਹੀਂ, ਸੋ ਮੈਂ ਥੋੜ੍ਹੀ ਜਿਹੀ ਸਪੀਡ ਨੱਪ ਕੇ ਪਹੁੰਚ ਚੱਲਿਆ ਝਰਨੇ ਤੱਕ। ਵਾਟਰਫਾਲ ਇਹਨੂੰ ਇਸ ਕਰਕੇ ਕਿਹਾ ਜਾਂਦਾ ਕਿ ਜਗ੍ਹਾ ਦਾ ਨਾਮ ਹੈ ਬੰਸੂ, ਅਤੇ ਉੱਥੋਂ ਦਾ ਇਹ ਵਾਟਰਫਾਲ ਹੈ ਮਕਲੋੜਗੰਜ ਦਾ ਇਕਲੌਤਾ ਵਾਟਰਫਾਲ। ਇਹਨਾਂ ਦਿਨਾਂ ਦੇ ਵਿੱਚ ਪਾਣੀ ਕਾਫੀ ਘੱਟ ਹੈ ਕਿਉਂਕਿ ਬਰਫ਼ ਸਾਰੀ ਪਿਘਲ ਚੁੱਕੀ ਹੈ, ਤਾਂ ਫਿਰ ਵੀ ਵਾਟਰਫਾਲ ਉਸਦੀ ਚੱਲ ਰਿਹਾ। ਬਟ ਜਿੰਨਾ ਅਸੀਂ ਟਰੈਕ ਕਰਕੇ ਆਏ ਹਾਂ, ਮੈਂ ਥੱਕਿਆ, ਮੈਂ ਫਿਲਹਾਲ ਰੈਸਟ ਕਰੂੰਗਾ। ਮੇਹਰ ਮੇਰੇ ਤੋਂ ਲੇਟ ਉਤਰਿਆ ਅਤੇ ਇਹ ਹੁਣ ਸ਼ੂਟ ਕਰੂੰਗਾ। ਬਾਕੀ ਤੁਹਾਨੂੰ ਦਿਖਾਉਣੇ ਕਿੱਦਾਂ ਦਾ ਹੈ ਵਾਟਰਫਾਲ।